की सिख कौम अंग्रेजा नालों भी 200 साल अगां सोच के चलती ए मैं नहीं कहिंदा तथ बोलदे ने। तुसी अक्सर सुनिया होगा ते के कह जांदा किहड़े अंग्रेज लोग ने जां अंग्रेज कौम कह लो जां अंग्रेज लोग कह लो ए जड़े ने 100 साल अगां सोच के चलदे ने इस करके ओ तरक्की करदे ने। जदों कि तथ तां कुछ होर ही बोलदे ने ते ओ कहिंदे कि सिख कौम जिहड़ी आ विश्व दी सरमौर कौम आ ओ ते 300 साल अगां सोच के चलदी आ। हुण सवाल खड़ा यह हुंदा भी ओह किहड़े तथ ने जिथों आपां कह सकीए कि सिख कौम 300 साल अगां सोच के चलदी आ। अज जिहड़े विश्व दे विज्ञानी ने डॉक्टर ने ओह इह कह रहे ने कि मनुख नूं छून दे नाल बहुत सारियां बीमारियां फैलदियां ने, चाहे ओह टीबी होवे, चाहे कोई होर बीमारी होवे, चाहे कोरोना ही होवे, क्यों ना होवे। ते साहिब श्री गुरु गोबिंद सिंह ने 300 साल पहलां कह दिता कि फतेह बुलाओ हथ जोड़ के ते जोश ना बुलाओ। ए उस चीज नाल बिल्कुल जुड़दी हुई गल गुरु साहब ने उदों ही कह दिती कि किसे नाल एवें टच ना हुंदे फिरो। अज जिहड़े अंग्रेज कहिंदे सी कि असीं एक दूजे नूं बड़ा नेड़े हो के जां किसे तरीके नाल असीं मिलदे आं उहनां दी स्किन नूं टच करके, अज क्यों डरदे ने। इस करके वीरो गुरु साहब जी ने 300 साल पहलां ही सिखां नूं इह गल कहती कि उह सिख अज सेहतमंद ने। इहदे नाल ही अज संसार दे विच जिहड़ियां ने कैंसर वर्गियां बीमारियां जिहड़ियां फैल रहियां ने, चाहे ओह शरीर नूं होर ओह चाहे टैट कपड़िया तों ने, चाहे ओह प्लास्टिक दे भांडिया तों ने, साहिब श्री गुरु गोबिंद सिंह जी ने 300 साल पहलां ही कहता कि सिखां नूं कि तुसीं खुले कपड़े पाओ। अज बहुत सारे जिहड़े सिख खुले कपड़े पाउंदे ने उहनां नूं शरीर दे बहुत सारे अंगां दीआं बीमारियां कैंसर नहीं लग रही, ते जिहड़े टैट पाउंदे उहनां नूं कैंसर जिहड़ी आ बहुत गिनती च हो रही। ਗੁਰੂ ਸਾਹਿਬ ਨੇ ਲੋਹ ਦੇ ਬਰਤਨ ਵਰਤਣ ਨੂੰ ਕਿਹਾ। ਜਿਹੜੇ ਲੋਹ ਦੇ ਬਰਤਨ ਵਰਤਦੇ ਨੇ ਸਰਬ ਲੋਹ ਦੇ, ਉਹ ਲੋਕਾਂ ਨੂੰ ਅੱਜ ਜਿਹੜੀਆਂ ਬਿਮਾਰੀਆਂ ਘੱਟ ਨੇ ਤੇ ਦੂਜਿਆਂ ਨੂੰ ਵੱਧ ਨੇ। ਅੱਜ ਤੁਸੀਂ ਵੇਖੋ ਜਿਹੜੇ ਲੋਕ ਪਲਾਸਟਿਕ ਖਾਂਦੇ ਨੇ ਜਾਂ ਐਲੂਮੀਨੀਅਮ ਦੇ ਭਾਂਡਿਆਂ 'ਚ ਖਾਂਦੇ ਨੇ ਜਾਂ ਹੋਰ ਕਿਸੇ ਦੇ ਖਾਂਦੇ, ਉਹਨਾਂ ਨੂੰ ਕਿੰਨੀਆਂ ਬਿਮਾਰੀਆਂ ਨੇ, ਗੁਰਦਿਆਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਅਤੇ ਹੋਰ ਕਈ ਤਰ੍ਹਾਂ ਦੇ ਲਾਇਲਾਜ ਬਿਮਾਰੀਆਂ ਲੱਗ ਰਹੀਆਂ ਨੇ। ਸਾਡੇ ਗੁਰੂ ਦੀ 300 ਸਾਲ ਸਿੱਖ ਕੌਮ ਦੀ ਐਡਵਾਂਸ ਸੋਚ ਸੀ। ਅੱਜ ਕੁਝ ਵਿਗਿਆਨੀ ਇਹ ਕਹਿ ਰਹੇ ਨੇ, ਡਾਕਟਰ ਇਹ ਕਹਿ ਰਹੇ ਨੇ ਕਿ ਮਨੁੱਖ ਦੇ ਸਰੀਰ ਵਿਚ ਖੂਨ ਦੀ ਕਮੀ ਹੋ ਜਾਂਦੀ ਆ ਆਇਰਨ ਤੱਤ ਦੀ ਕਮੀ ਦੇ ਕਾਰਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ਹੀ ਕਹਿਤਾ ਕਿ ਕੜਾ ਪਾਓ, ਕੜਾ ਜਿਹੜਾ ਵਾ ਉਹ ਸਰੀਰ ਦੇ ਨਾਲ ਟੱਚ ਰਹਿੰਦਾ ਤੇ ਹਰ ਵੇਲੇ ਆਇਰਨ ਦੇ ਤੱਤ ਦੀ ਪੂਰਤੀ ਕਰਦਾ ਤਾਂ ਕਿ ਸਰੀਰ ਨੂੰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਅੱਜ ਵਿਗਿਆਨੀ ਜਿਹੜੇ ਨੇ, ਜਦੋਂ ਮੋਪੜਾਂ ਆ ਗਈਆਂ ਨੇ, ਸਕੂਟਰ ਆ ਗਏ, ਮੋਟਰਸਾਈਕਲ ਆ ਗਏ, ਅੱਜ ਕਹਿ ਰਹੇ ਕਿ ਜਿਹੜਾ ਦਿਮਾਗ ਦਾ ਪਿਛਲਾ ਜਿਹੜਾ ਹਿੱਸਾ ਆ ਇਹ ਬੜਾ ਨਰਮ ਹੁੰਦਾ ਤੇ ਇਹਦੀ ਸੁਰੱਖਿਆ ਬੜੀ ਜ਼ਰੂਰੀ, ਹੈਲਮਟ ਪਾਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਦਸਤਾਰ ਦੀ ਨਾਲ ਹੀ ਜਿਹੜੀ ਸਿਰਜਣਾ ਕਰਤੀ ਕਿ ਜਦੋਂ ਸਿੱਖ ਕੌਮ ਨੂੰ ਕਹਿ ਦਿੱਤਾ ਗਿਆ ਕਿ ਦਸਤਾਰ ਸਜਾਈ ਜਾਵੇ, ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਸਤਾਰ ਸਜਾਈ ਤੇ 10 ਗੁਰੂ ਸਾਹਿਬਾਨਾਂ ਨੇ ਵੀ ਸਜਾਈ। ਤੇ ਅੱਜ ਜਿਹੜੀ ਉਹ ਤੱਥ ਜਿਹੜਾ ਉਹਦੇ ਨਾਲ ਬਿਲਕੁਲ ਮੈਚ ਕਰਦਾ ਆ। ਇਹ ਤੱਥ ਬੋਲਦੇ ਮੈਂ ਨਹੀਂ ਬੋਲਦਾ ਵੀਰਿਓ, ਅੱਜ ਵਿਗਿਆਨੀ ਜਿਹੜੇ ਇਹ ਕਹਿ ਰਹੇ ਨੇ ਕਿ ਮਨੁੱਖ ਨੂੰ ਵਿੱਚ ਸਰੀਰ ਦੇ ਵਿੱਚ ਬਹੁਤ ਸਾਰੇ ਤੱਤਾਂ ਦਾ ਬਣਿਆ ਹੋਇਆ ਤੇ ਜੇ ਉਹ ਘੱਟ ਜਾਣ ਤਾਂ ਉਹਦੇ ਨਾਲ ਸਰੀਰ ਨੂੰ ਵੱਖ ਵੱਖ ਬਿਮਾਰੀਆਂ ਫੈਲਦੀਆਂ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 300 ਸਾਲ ਪਹਿਲਾਂ ਹੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਤੇ ਸਿੱਖਾਂ ਨੂੰ ਖਾਣ ਲਈ ਕਿਹਾ, ਅੱਜ ਸਿੱਖ ਖਾਂਦੇ ਨੇ। ਤੇ ਉਹ ਦੇਗ ਦੇ ਵਿੱਚ ਜਦੋਂ ਵਿਗਿਆਨੀਆਂ ਨੇ ਉਹਨੀ ਲੈਬੋਰਟਰੀ 'ਚ ਸਰਚ ਕੀਤੀ ਤੇ ਅਜਿਹੇ ਅਣਗਿਣਤ ਤੱਤ ਮਿਲੇ ਜਿਹੜੇ ਸਰੀਰ ਨੂੰ ਸਿਹਤਮੰਦ ਰੱਖਦੇ ਨੇ ਤੇ ਸਰੀਰ ਨੂੰ ਨਰੋਇਆ ਰੱਖਦੇ ਤੇ ਲੰਬੀ ਉਮਰ ਬਖਸ਼ਦੇ ਨੇ। ਜਿਹੜੇ ਅੱਜ ਕਰਨ ਦੇ ਨੇ ਸਾਡੇ ਗੁਰੂਆਂ ਨੇ ਤਾਂ ਕਿੰਨੇ ਸਾਲ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਵੀਰਿਓ, ਇਸ ਕਰਕੇ ਕਿੱਡੀ ਮਾਣ ਵਾਲੀ ਗੱਲ ਆ। ਅੱਜ ਸੰਸਾਰ ਦੇ ਵਿੱਚ HIV ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਸਾਲ 300 ਸਾਲ ਤੋਂ ਪਲੱਸ ਕਹਿ ਦਿੱਤਾ ਸੀ ਕਿ ਪਰ ਪਰਾਈ ਇਸਤਰੀ ਦੇ ਨਾਲ ਨਹੀਂ ਉਹ ਬੋਲਚਾਲ ਰੱਖਣਾ ਜਾਂ ਕਿਸੇ ਵੀ ਤਰ੍ਹਾਂ ਦਾ। ਅੱਜ ਤੁਸੀਂ ਵਿਗਿਆਨੀ ਹੋ, ਅੱਜ 300 ਸਾਲ ਪਿੱਛੋਂ ਅੱਜ ਗੱਲਾਂ ਕਰ ਰਹੇ ਹੋ, ਇੱਥੇ ਗੱਲਾਂ ਬਹੁਤ ਸਾਰੀਆਂ ਤੱਥ ਹੈਗੇ ਨੇ ਜਿਹੜੇ ਸਿੱਖੋ ਤੁਹਾਡੀ ਪ੍ਰੋੜਤਾ ਕਰਦੇ ਕਿ ਤੁਸੀਂ ਅੰਗਰੇਜ਼ਾਂ ਨਾਲੋਂ 100 ਸਾਲ, ਉਹ ਅੰਗਰੇਜ਼ ਤੇ 100 ਸਾਲ ਕਹਿੰਦੇ ਨਾ ਸੀ ਗਾਂ ਆ, ਤੁਸੀਂ ਉਹਨਾਂ ਨਾਲੋਂ 300 ਸਾਲ ਗਾਂ ਜੇ। ਮੈਂ ਇੱਥੇ ਇੱਕ ਬੜੇ ਮਾਣ ਨਾਲ ਗੱਲ ਕਹਾਂਗਾ ਕਿ ਜਿਹੜੇ ਸਿੱਖ ਵੀਰ ਨੇ, ਸਾਡੀਆਂ ਭੈਣਾਂ ਨੇ, ਅੱਜ ਵੇਖੋ ਮੇਰੀਓ ਭੈਣੋ, ਵਿਸ਼ਵ ਦੇ ਲੋਕ ਅੱਜ ਕਹਿ ਰਹੇ ਨੇ ਕਿ ਔਰਤ ਵੀ ਮਰਦ ਦੇ ਬਰਾਬਰ ਆ। ਸਾਹਿਬ ਸ੍ਰੀ ਗੁਰੂ ਨਾਨਕ ਨੇ ਤੁਹਾਨੂੰ 500 ਸਾਲ ਪਹਿਲਾਂ ਕਹਿ ਦਿੱਤਾ ਕਿ ਤੁਸੀਂ ਮਰਦ ਦੇ ਬਰਾਬਰ ਹੋ, ਤੁਸੀਂ ਤੇ ਮਰਦਾਂ ਤੋਂ ਵੀ ਵੱਡੀਆਂ ਹੋ, ਤੁਸੀਂ ਇਹਨਾਂ ਨੂੰ ਜਨਿਆ ਆ, ਕਿੱਡਾ ਮਾਣ ਬਖਸ਼ਿਆ। ਇੱਥੋਂ ਪਤਾ ਲੱਗਦਾ ਕਿ ਸਿੱਖ ਕੌਮ ਦੇ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੀ ਸੋਚ ਕਿੰਨੀ ਲੰਬੀ, ਤੇ ਜਦੋਂ ਗੁਰੂਆਂ ਦੀ ਸੋਚ ਲੰਬੀ ਹੋਈ ਤੇ ਉਹਨਾਂ ਦੇ ਜਿਹੜੇ ਪੈਰੋਕਾਰ ਨੇ ਜਿਨ੍ਹਾਂ 'ਚ ਤੁਸੀਂ ਹੋ, ਤੇ ਤੁਹਾਡੀ ਸੋਚ ਵੀ ਕਿੰਨੀ ਲੰਬੀ ਹੋਵੇਗੀ, ਕਿੰਨੇ ਤੁਸੀਂ ਅਗਾਂਹ ਸੋਚਦੇ ਹੋਵੋਗੇ। ਇਹ ਇੱਕ ਤੱਥ ਤੋਂ ਨਹੀਂ, ਚਾਹੇ ਆਰਥਿਕ ਆ, ਰਾਜਨੀਤਿਕ ਆ, ਸਮਾਜਿਕ ਆ, ਧਾਰਮਿਕ ਆ। ਅੱਜ ਸਮਾਜਿਕ ਪੱਖ ਤੋਂ ਕਹਿ ਰਹੇ ਕਿ ਭਾਈਚਾਰਾ ਚਾਹੀਦਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਟੇ ਵਿੱਚ ਹੀ ਸਿੱਖ ਕੌਮ ਨੂੰ ਅੰਮ੍ਰਿਤ ਛਕਾ ਕੇ ਕਹਿ ਦਿੱਤਾ ਕਿ ਤੁਸੀਂ ਸਾਰੇ ਇੱਕ ਹੋ। ਇਸ ਕਰਕੇ ਵੀਰਿਓ ਮੈਂ ਸਮਝਦਾ ਆਂ ਕਿ ਸਿੱਖ ਕੌਮ ਦੇ ਤੱਥ ਹੋਰ ਵੀ ਬਹੁਤ ਸਾਰੇ ਨੇ,
ਤੇ ਤੁਹਾਡਾ ਜਿਹੜੀ ਤੱਥ ਇਹ ਦੱਸਦੇ ਕਿ ਤੁਸੀਂ ਵਿਸ਼ਵ ਦੀ ਸਰਮੌਰ ਕੌਮ ਹੋ ਤੇ ਸਾਰੇ ਇੱਕ ਦਿਨ ਨੂੰ ਤੁਸੀਂ ਸਾਰੇ ਵਿਸ਼ਵ ਦੇ ਉੱਪਰ ਛਾ ਜਾਣਾ ਆ ਤੇ ਬੜੀ ਤੇਜ਼ੀ ਨਾਲ ਛਾ ਰਹੇ ਹੋ। ਸਾਢੇ 500 ਸਾਲ ਪਹਿਲਾਂ ਦੀ ਤੇ ਗੱਲ ਆ, ਅੱਜ ਤੁਸੀਂ ਵਿਸ਼ਵ ਦੇ ਕੋਨੇ ਕੋਨੇ ਵਿੱਚ ਹੋ। ਮੈਂ ਇੱਥੇ ਇਹ ਵੀ ਕਹਾਂਗਾ, ਜੇ ਕੋਈ ਛੋਟਾ ਵੀਰ ਵੀ ਹੈ ਨਾ, ਚਾਹੇ ਉਹਨੇ ਵਾਲ ਕੱਟੇ ਨੇ, ਚਾਹੇ ਪੂਰਾ ਸਿੱਖ ਨਹੀਂ ਹੈ, ਉਹ ਵੀ ਬਾਂਬੀ ਜੇ, ਉਹ ਵੀ ਨਿੱਕਾ ਜਿਹਾ ਬੰਬ ਚਲੋ ਹੈਗਾ ਨਾ, ਬੰਬ ਦੀ ਗਿਣਤੀ ਚ ਹੁੰਦਾ। ਤੇ ਜਿਹੜੇ ਤੁਸੀਂ ਪੂਰੇ ਹੋ, ਗੁਰੂ ਦੇ ਨੀਲੇ ਬਾਣੇ ਚ ਰਹਿੰਦੇ ਹੋ ਤੇ ਨੀਲੇ ਰੰਗ ਚ ਰੰਗੇ ਪਏ ਹੋ, ਕੰਪਲੀਟ ਗੁਰੂ ਦੇ ਸਿੱਖ ਹੋ, ਉਹ ਤੁਸੀਂ ਤੇ ਵੱਡੇ ਐਟਮ ਬੰਬ ਜੇ, ਪਰਮਾਣੂ ਬੰਬ ਵਰਗੇ ਜੇ, ਜਦੋਂ ਚੱਲਦੇ ਹੋ ਤੇ ਬਹੁਤ ਨੁਕਸਾਨ ਕਰਦੇ। ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਨਿੱਕੇ ਨਿੱਕੇ ਬੰਬਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਕਰੋ, ਐਵੇਂ ਇਹਨਾਂ ਨੂੰ ਝਿੜਕਿਆ ਨਾ ਕਰੋ, ਯਾਰ ਉਹ ਕਰਤਾ ਜੇ ਕਰਤਾ, ਆਪੇ ਇੱਕਦਮ ਸਾਰਾ ਕੁਛ ਸਹੀ ਹੋ ਜਾਣਾ। ਤੇ ਵੀਰੋ ਵੇਖੋ, ਗੁਰੂ ਸਾਹਿਬ ਜੀ ਨੇ ਨੀਲਾ ਬਾਣਾ ਦਿੱਤਾ, ਅੱਜ ਕੋਈ ਸਮੁੰਦਰ ਨੂੰ ਮਾਪ ਸਕਿਆ? ਸਮੁੰਦਰ ਦੀ ਗਹਿਰਾਈ ਨੂੰ ਮਾਪ ਸਪਿਆ ਸਕਿਆ? ਆਸਮਾਨ ਨੂੰ ਮਾਪ ਸਕਿਆ? ਉਹ ਚ ਕੀ ਕੁਛ ਆ? ਤੇ ਵੀਰੋ ਤੁਹਾਨੂੰ ਵੀ ਤੁਹਾਡੇ ਗੁਰੂ ਨੇ ਨੀਲਾ ਬਾਣਾ ਬਖਸ਼ਿਆ, ਨੀਲਾ ਨਿਸ਼ਾਨ ਸਾਹਿਬ ਦਿੱਤਾ, ਤੇ ਤੁਹਾਨੂੰ ਕੌਣ ਮਾਪ ਲੂ? ਅੱਜ ਤੱਕ ਤੁਹਾਨੂੰ ਕੁਛ ਸਿੱਖੋ ਮਾਪ ਸਕਿਆ? ਤੁਹਾਡੇ ਤੇ ਕਿੰਨਾ ਕਿੰਨਾ ਮਾੜਾ ਸਮਾਂ ਆਇਆ, ਜਕਰੀਆ ਖਾਂ ਆਇਆ, ਕਿੰਨੇ ਤੁਹਾਡੇ ਤੇ ਜ਼ੁਲਮ ਨਹੀਂ ਕੀਤੇ, ਪਰ ਤੁਸੀਂ ਅੱਜ ਵੀ ਹਿੱਕ ਠੋਕੇ ਖਲੋਤੇ ਹੋ। ਅੱਜ ਵੀ ਤੁਸੀਂ ਗਿਣਤੀ ਜਿਹੜੀ ਤੁਹਾਡੇ ਕਰੋੜਾਂ ਚ ਚੱਲ ਗਈ ਹੋਈ ਆ, ਇਹ ਜਿਹੜੀਆਂ ਨੇ ਇਹ ਇੱਕ ਵਿਲੱਖਣ ਕੌਮ 300 ਸਾਲ ਅਗਾਂਹ ਸੋਚਣ ਵਾਲੇ ਤੱਥ ਜਿਹੜੇ ਨੇ ਉਹ ਪੇਸ਼ ਜਿਹੜੇ ਨੇ ਉਹ ਤੁਹਾਡੇ ਨੇ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾਸ ਕਰਦਾ ਕਿ ਆਪਣੀ ਕੌਮ ਦੀ ਚੰਗੀ ਗੱਲ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਬੁਰੀ ਗੱਲ ਨੂੰ ਉੱਥੇ ਛੱਡ ਦਿਆ ਕਰੋ, ਕਿਉਂਕਿ ਕਈ ਲੋਕ ਨਕਲੀ ਸਿੱਖ ਤੁਹਾਡੇ ਵਿੱਚ ਬੈਠੇ ਹੋਏ ਨੇ ਸਾਡੇ ਸਮਾਜ ਦੇ ਵਿੱਚ, ਜਿਹੜੇ ਉਹ ਭੈੜੀ ਗੱਲ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ। ਆਪਾਂ ਸਾਰੇ ਜਾਣੇ ਆਪਣੀ ਚੰਗੀ ਗੱਲ ਨੂੰ ਜਿਹੜਾ ਵਾ ਉਹ ਵੱਧ ਤੋਂ ਵੱਧ ਸ਼ੇਅਰ ਕਰੀਏ ਜਿੱਥੇ ਜਿੱਥੇ ਵੀ ਵੱਸਦੇ ਨੇ ਸਾਡੇ ਵੀਰ, ਵਿਸ਼ਵ ਦੇ ਕੋਨੇ ਕੋਨੇ, ਸਾਰਿਆਂ ਦੇ ਲੰਬੀਆਂ ਉਮਰਾਂ ਹੋਣ, ਚੜ੍ਹਦੀਆਂ ਕਲਾ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।